subscribe now and press the bell icon never miss an update study dreams maker kodpura da youtube channel de hari sare sroton mere te meri team wale pay pay sachi kal ji swagat hai toda sare da dosto ek aaj khaas news leke aaye hain un students layi jehde apne pichle lambi kafi lambe samay ton wait kar rahe si vije di yani ki montreal cubic college students jehde pichle kafi lambe samay ton wait kar rahe si unnu vije nahi mil rahe si ke unna students di bahut khaas news hai ki bahut vadiya news hai ki ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਤਲਬ ਜਿਹੜੇ ਸਟੂਡੈਂਟਸ ਸੀ ਕਿ ਆਪਣੇ ਵੀਜ਼ੇ ਦੇ ਵੇਟ ਕਰ ਰਹੇ ਸੀਗੇ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਰਹੇ ਸੀਗੇ ਕਿਉਂਕਿ ਸਟੂਡੈਂਟ ਹੈਗੇ ਆ 2 ਜਾਂ 3 ਵਾਰ ਆਪਣੇ ਇਨਟੇਕ ਸਟੈਂਡ ਕਰਵਾ ਚੁੱਕੇ ਸੀਗੇ ਉਹਨਾਂ ਨੇ ਆਪਣਾ ਫਿਊਚਰ ਖਤਰਾ ਦਿਖਾਈ ਦੇ ਰਿਹਾ ਸੀਗਾ ਬਟ ਪਿਛਲੀ ਪਿਛਲੇ ਦਿਨੀ ਜਿਹੜਾ ਕਾਫੀ ਸਾਰੇ ਸਟੂਡੈਂਟਸ ਜਿਹੜੇ ਹੈਗੇ ਆਪਣੀ ਪੀਪੀਆਰ ਸੀ ਹੋਏ ਨੇ ਕਿ ਜੁਲਾਈ ਇਨਟੇਕ ਜੁਲਾਈ 2023 ਦੇ ਲਈ ਸਟੂਡੈਂਟਸ ਨੇ ਆਪਣੀ ਵੀਜ਼ਾ ਅਪਲਾਈ ਕੀਤੇ ਸੀਗੇ ਉਹਨਾਂ ਸਾਰੇ ਹੀ ਸਟੂਡੈਂਟਸ ਔਰ ਹੈਗੇ ਕੱਲ ਡਿਸੀਜਨ ਪ੍ਰਾਪਤ ਹੋ ਚੁੱਕੇ ਆ ਕਾਫ ਉਹ ਨਿਰਾਸ਼ ਹੋਣ ਦੇ ਕਯੂਤ ਨਹੀਂ ਆ ਉਹ ਆਪਣੇ ਆਪਣਾ ਰੀਜਨ ਜਰੂਰ ਚੈੱਕ ਕਰਨ ਤੁਹਾਡੀ ਫਾਈਲ ਕਿਸ ਬੇਸ ਤੇ ਰਿਫਿਊ ਹੋਈ ਹੈ ਤੁਹਾਡੀ ਫਾਈਲ ਚ ਕਿੱਥੇ ਕਮੀ ਸੀਗੀ ਆਪਣੀ ਫਾਈਲ ਨੂੰ ਰੀਲੌਂਚ ਕਰ ਸਕਦੇ ਹੋ ਬਟ ਓਨਲੀ ਇਮੀਗ੍ਰੇਸ਼ਨ ਦੀ ਫੀਸ ਪੇ ਕਰਕੇ ਤੁਸੀਂ ਆਪਣੀ ਫਾਈਲ ਦੁਬਾਰਾ ਲਗਾਉਂਦੇ ਤੁਹਾਨੂੰ ਕੋਈ ਬੈਨੀਫਿਟ ਨਹੀਂ ਆ ਤੁਸੀਂ ਬਟ ਆਪਣਾ ਪਹਿਲਾਂ ਰੀਜਨ ਜਰੂਰ ਦੇਖੋ ਚੈੱਕ ਕਰੋ ਤੁਹਾਡੀ ਫਾਈਲ ਕਿਸ ਬੇਸ ਤੇ ਰਿਫਿਊ ਹੋਈ ਹੈ ਫਾਈਨੈਂਸ਼ੀਅਲ ਤੇ ਰਿਫਿਊ ਹੋਈ ਹੈ ਜਾਂ ਤੁਹਾਡੇ ਡਾਕੂਮੈਂਟਸ ਤੇ ਰਿਫਿਊ ਹੋਈ ਹੈ ਉਸ ਚੀਜ਼ ਨੂੰ ਕਵਰ ਅਪ ਕਰਨ ਤੋਂ ਬਾਅਦ ਹੀ ਆਪਣੀ ਫਾਈਲ ਲਗਾ ਕੇ ਚਲੋ ਕੁਝ ਕੁ ਸਟੂਡੈਂਟ ਦੇ ਬੈਂਡ ਸਕੋਰ ਘੱਟ ਸੀ ਕਿ ਉਹਨਾਂ ਦੇ ਬੇਸ ਤੇ ਰੀਫੀਲ ਆਈ ਹੈ ਸਟੂਡੈਂਟਸ ਨੂੰ ਮੇਰੀ ਸੁਜੈਸ਼ਨ ਉਹਨਾਂ ਨੂੰ ਇਹੀ ਹੈ ਕਿ ਆ ਆਪਣਾ ਪੇਪਰ ਦੁਆਰਾ ਦੇ ਕੇ ਆਈਏ ਜਾਂ ਐਗਜ਼ਾਮ ਦੁਆਰਾ ਦੇ ਕੇ ਫੇਰ ਹੀ ਆਪਦੀ ਫਾਈਲ ਲਗਾ ਕੇ ਚਲੋ ਦੁਆਰਾ ਆਪ ਨੂੰ ਇਦਾਂ ਫਾਈਲ ਲਗਾਉਣ ਦਾ ਕੋਈ ਬੈਨੀਫਿਟ ਨਹੀਂ ਹੈ ਕਿਉਂਕਿ ਜੇ ਆਪ ਨੂੰ ਆਪਣੀ ਫਾਈਲ ਚ ਪਹਿਲਾਂ ਸਟਰੋਂਗ ਹੈ ਤਾਂ ਵੀ ਆਪਸ ਨੇ ਆਪਣੇ ਪਹਿਲੇ ਵੀਜ਼ਾ ਦੇ ਦੇਣਾ ਸੀਗਾ ਠੀਕ ਹੈ ਉਹ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋ ਫੇਰ ਹੀ ਤੁਸੀਂ ਆਪਦੀ ਫਾਈਲ ਰੀਲੌਚ ਕਰੋ ਕਿਸੇ ਆਪ ਦੇ ਕਿਸੇ ਦੀ ਗੱਲ ਵਿੱਚ ਆ ਗਏ ਆਪਣੇ ਕਿਸੇ ਹੋਰ ਦੀ ਗੱਲ ਦੇ ਵਿੱਚ ਆ ਗਏ ਆਪਣੀ ਫਾਈਲ ਦੁਆਰਾ ਨਾਲ ਲਗਾ ਕੇ ਚਲੋ ਕਿਉਂਕਿ ਤੁਹਾਨੂੰ ਦੁਆਰਾ ਫੇਰ ਰਿਫਿਊਜ਼ਲ ਫੇਸ ਕਰਨੀ ਪੈ ਸਕਦੀ ਆ ਠੀਕ ਹੈ ਉਹ ਚੀਜ਼ ਨੂੰ ਆਪਣਾ ਕਾਰਨ ਜ਼ਰੂਰ ਚੈੱਕ ਕਰਕੇ ਚਲੋ ਵੀ ਤੁਹਾਡੀ ਰਿਫਿਊਜ਼ਲ ਕਿਸ ਬੇਸ ਤੇ ਆਈ ਹੈ ਤੁਹਾਡੀ ਫਾਈਲ 'ਚ ਕੀ ਕਮੀ ਹੈਗੀ ਆ ਉਸ ਕਮੀ ਨੂੰ ਕਵਰ ਅਪ ਕਰਨ ਤੋਂ ਬਾਅਦ ਆਪਣੀ ਫਾਈਲ ਦੁਬਾਰਾ ਲਗਾ ਕੇ ਚਲੋ ਠੀਕ ਹੈ ਫੇਰ ਤੁਹਾਡੇ ਵਿੱਚ ਚਾਂਸ ਆਈ ਹੋ ਸਕਦੇ ਆ ਤੁਹਾਨੂੰ ਨਿਰਾਸ਼ ਹੋਣ ਦੀ ਜੂਤਨੀ ਆ ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ ਠੀਕ ਹੈ ਆਪਾਂ ਇਹ ਨਹੀਂ ਆ ਤੁਹਾਡੇ ਰਿਫੀਲ ਲੱਗੇ ਤੁਹਾਡੇ ਜਿਹੜਾ ਸਫਲਤਾ ਦੇ ਦਰਵਾਜ਼ੇ ਬੰਦ ਹੋ ਚੁੱਕੇ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਆ ਕਈ ਸਟੂਡੈਂਟ ਹੈਗਾ ਦੋ ਦੋ ਵਾਰ ਤਿੰਨ ਤਿੰਨ ਵਾਰ ਫੇਲ ਤੋਂ ਬਾਅਦ ਵੀ ਪ੍ਰਾਪਤ ਕਰ ਲੈਂਦੇ ਆ ਪਰ ਤੁਹਾਡੀ ਫਾਈਲ 'ਚ ਤੁਹਾਨੂੰ ਕਮੀ ਜ਼ਰੂਰ ਪਤਾ ਹੋਵੇ ਤੁਹਾਡੇ ਫਾਈਲ 'ਚ ਕੀ ਕਮੀਆਂ ਆ ਆਪਾਂ ਨੂੰ ਕਿੱਥੇ ਤੁਹਾਡੀ ਕਮ ਫਾਈਲ 'ਚ ਕਮੀ ਰਹੀ ਆ ਕੋਰਸ ਨਹੀਂ ਸਹੀ ਚੁਣਿਆ ਪ੍ਰੋਵਿੰਸ ਨਹੀਂ ਸਹੀ ਚੁਣੀ ਠੀਕ ਹੈ ਉਹ ਚੀਜ਼ ਨੂੰ ਕਵਰਪ ਕਰੂੰ ਉਸ ਤੋਂ ਬਾਅਦ ਆਪਣੀ ਫਾਈਲ ਲੌਂਚ ਕਰਕੇ ਚੱਲੋ ਤੁਸੀਂ ਇੱਕ ਨਕਦ ਜੂਦਨ ਆਪਣਾ ਵੀਜ਼ਾ ਪ੍ਰਾਪਤ ਕਰੋਗੇ ਤੁਸੀਂ ਕਿਨਾਰੇ ਦੀ ਧਰਤੀ ਦਾ ਆਪਣਾ ਸਟੱਡੀ ਕਰਨ ਦਾ ਸੁਪਨਾ ਸਕਾਰ ਕਰ ਸਕਦੇ ਹੋ ਦੋਸਤੋ ਫਾਈਲ 'ਚ ਆਪਾਂ ਕਮੀ ਜਿਹੜੀ ਹੈਗੀ ਆਪ ਨੂੰ ਹਰੇਕ ਨੂੰ ਪਤਾ ਹੁੰਦਾ ਆਪਣੀ ਫਾਈਲ 'ਚ ਕਿੱਥੇ ਕਮੀ ਹੈਗੀ ਆ ਆਪਾਂ ਅਨਜਾਨ ਨਹੀਂ ਹੁੰਦੇ ਉਸ ਚੀਜ਼ ਤੋਂ ਆਪਾਂ ਫਿਰ ਵੀ ਇੱਕ ਵਾਰ ਟਰਾਈ ਕਰਕੇ ਦੇਖਦੇ ਚਲੋ ਕਿਤੇ ਨਾ ਕਿਤੇ ਵੀਜ਼ਾ ਆ ਵੀ ਸਕਦਾ ਵੀ ਆਫੀਸਰ ਉਹ ਚੀਜ਼ ਨੂੰ ਹਾਈਡ ਕਰ ਸਕਦਾ ਠੀਕ ਹੈ ਜਿਵੇਂ ਕਿਸੇ ਟੂਲ ਦੇ ਪਰਸੈਂਟੇਜ ਘਟਾ ਮੈਚ ਨੂੰ ਨੰਬਰ ਘਟਾ ਗੈਪ ਜਿਆਦਾ ਬੈਂਸ ਕੋਰ ਘਟਾ ਠੀਕ ਹੈ ਆਪਾਂ ਉਹ ਚੀਜ਼ ਨੂੰ ਦੇਖ ਕੇ ਆਪਾਂ ਮੌਨਟਰੀ ਯਰ ਕਿਬਕ ਚ ਫਾਈਲ ਲਗਾ ਲੈਂਦੇ ਕਿ ਚਲੋ ਆਪਣੇ ਇਸ ਚੀਜ਼ ਤੇ ਇਧਰ ਲਈ ਪਰਮਿਸ਼ਿਵ ਵੀਆ ਲਾ ਕੇ ਚੱਲਾਂਗੇ ਤਾਂ ਆਪਣੇ ਵੀਰ ਚਾਂਸਸ ਆਈ ਹੁੰਦੇ ਆ ਤੋ ਤੇ ਬਿਲਕੁਲ ਗਲਤ ਗੱਲਾਂ ਠੀਕ ਹੈ ਜਿਹੜਾ ਇਮੀਗ੍ਰੇਸ਼ਨ ਵੀਜ਼ਾ ਦੇਣਾ ਤੁਹਾਡੇ ਡਾਕੂਮੈਂਟਸ ਤੇ ਬੇਸਟ ਹੀ ਤੁਹਾਨੂੰ ਵੀਜ਼ਾ ਮਿਲਣਾ ਆਪਾਂ ਇਹ ਨਹੀਂ ਕਰ ਸਕਦੇ ਤੁਹਾਡੀ ਪਰਸੈਂਟੇਜ ਘਾਟਾ ਤੁਹਾਡੇ ਬੈਂਕ ਸਕੋਰ ਘਾਟਾ ਆਪਾਂ ਕਿਹਬਿਕ ਚ ਫਾਈਲ ਲਗਾ ਦਈ ਆਪਣੀ ਵੀਜ਼ਾ ਕਿ ਉਹ ਡਨ ਹੋ ਜਾਣਗੇ 100% ਸ਼ੋਰਟੀ ਹੈ ਆਪਣੀ ਵੀਜ਼ਾ ਦੀ ਇਦਾਂ ਦੀ ਕੋਈ ਗੱਲ ਨਹੀਂ ਆ ਠੀਕ ਹੈ ਇਮੀਗ੍ਰੇਸ਼ਨ ਇਹ ਤੁਹਾਡਾ ਜਿਹੜਾ ਵੀਜ਼ਾ ਡਨ ਕਰਨਾ ਤੁਹਾਡੀ ਸਟੱਡੀ ਤੇ ਤੁਹਾਡੇ ਬੈਂਕ ਸਕੋਰ ਤੇ ਤੁਹਾਡੀ ਪਰਸੈਂਟੇਜ ਤੇ ਤੁਸੀਂ ਕਿਸ ਸਬਜੈਕਟ ਰੱਖੇ ਹੋ ਸੀ ਕੀ ਸਬਜੈਕਟ ਸਟੱਡੀ ਕੀਤੀ ਹੋਈ ਆ ਕোর্স ਕਿਹੜਾ ਲਿਆ ਤੁਸੀਂ ਠੀਕ ਹੈ ਉਹ ਸੀਟ ਤੇ ਬੈਠ ਕੇ ਆਪਣੇ ਵੀ ਵੀ ਆਫੀਸਰ ਨੇ ਵੀ ਜਰਨ ਕਰਨਾ ਠੀਕ ਹੈ ਤੁਹਾਨੂੰ ਨਿਰਾਸ਼ ਹੋਣ ਦੇ ਯੋਤ ਨਹੀਂ ਹੈ ਕਾਫੀ سارے ਸਟੂਡੈਂਟ ਮੈਂ ਦੇਖੇ ਨੇ ਅੱਜ ਮੈਸੇਜ ਆਏ ਨੇ ਮੈਨੂੰ ਰੀਫੀਲ ਵੀ ਕਿਸ ਕਾਫੀ سارے ਸਟੂਡੈਂਟਸ ਦੇ ਆਈ ਹੈ ਠੀਕ ਹੈ ਉਹ ਸਟੂਡੈਂਟਸ ਨੂੰ ਕੱਲ੍ਹ ਹੀ ਕਰ ਦੇ ਯੋਤ ਨਹੀਂ ਹੈ ਕਿਉਂਕਿ ਕਈ ਸਟੂਡੈਂਟ ਕਹਿ ਰਹੇ ਆ ਸੀ ਸਰ ਜੀ ਨਾਲ ਦੇ ਨਾਲ ਆਪਣੀ ਫਾਈਲ ਰੀਲੋਡ ਕਰ ਦਈਏ ਤੇ ਸਾਨੂੰ ਵੀਜਾ ਮਿਲ ਜਾਊਗਾ ਦੋਸਤੋ ਤੁਹਾਨੂੰ ਕੱਲ੍ਹ ਹੀ ਕਰ ਦੇ ਯੋਤ ਨਹੀਂ ਹੈ ਜੇ ਦੋ ਟੂਰ ਕੇ ਟੇਕ ਆਪਣਾ ਨੈਕਸਟ ਟੇਕ ਤੁਹਾਨੂੰ ਨਹੀਂ ਅਵੇਲੇਬਲ ਹੈਗਾ ਤੁਸੀਂ ਨੈਕਸਟ ਟੇਕ ਚੂਜ਼ ਕਰ ਸਕਦੇ ਹੋ ਬਟ ਆਪਣੀ ਫਾਈਲ ਚ ਕਮੀ ਜੂਰ ਆਪਣੀ ਇੱਕ ਦੂਰ ਕਰਕੇ ਆਪਣੀ ਫਾਈਲ ਦੌਰ ਲਗਾ ਕੇ ਚਲੋ ਪੈਸਾ ਖਰਾਬ ਕਰਨ ਦਾ ਕੀ ਫਾਇਦਾ ਨਹੀਂ ਆ ਕਿ ਦੋ ਵਾਰ ਤਿੰਨ ਵਾਰ ਫਿਰ ਲੈ ਲੋਗੇ ਉਹਦਾ ਕੋਈ ਬੈਨੀਫਿਟ ਨਹੀਂ ਆ ਜਿੰਨਾ ਟਾਈਮ ਤੁਸੀਂ ਆਪਣੀ ਫਾਈਲ ਕਾ ਹੋਰ ਆਪਣਾ ਹੀ ਗਾਦੇ ਮਿਸਟੇਕ ਕੀ ਇਸ ਫਾਈਲ ਦੇ ਵਿੱਚ ਕਮੀ ਕੀ ਸੀਗੀ ਠੀਕ ਹੈ ਜਿੱਦਾਂ ਕਿ ਸਟੂਡੈਂਟ ਬੈਂਡ ਸਕੋਰ ਘਟਾ ਹੈਗੇ ਆ ਉਹ ਆਪਣਾ ਪੇਪਰ ਦੁਆਰਾ ਦੇ ਸਕਦੇ ਆ ਅਰਜੇ ਦੁਆਰਾ ਪੇਪਰ ਜੁਆਇਨ ਕਰਕੇ ਆਪਣਾ ਇਗਜ਼ਾਮ ਦੇ ਕੇ ਆਪਣੀ ਫਾਈਲ ਦੁਆਰਾ ਰੀਲੋਡ ਕਰ ਸਕਦੇ ਆ ਉਹ ਚੀਜ਼ ਨੂੰ ਦੇਖ ਕੇ ਵੀ ਆਫੀਸਰ 100% ਸ਼ੋਰ ਤੋਂ ਵਿਜਨਨ ਕਰ ਦਿੰਦਾ ਕਿਉਂਕਿ ਤੁਹਾਡੀ ਫਾਈਲ ਵਿੱਚ ਪਹਿਲਾਂ ਨਾਲ ਅਪਰੂਵਮੈਂਟ ਆਈ ਹੋਈ ਆ ਠੀਕ ਹੈ ਤੁਸੀਂ ਉਸੇ ਸੇਮ ਸਕੋਰਸ ਦੇ ਉੱਤੇ ਆਪਣੀ ਫਾਈਲ ਲਗਾ ਕੇ ਚੱਲੋਗੇ ਵੀ ਆਫੀਸਰ ਨੇ ਦੇਖਣਾ ਇਹ ਫਾਈਲ ਆਪਾਂ ਪਹਿਲਾਂ ਇਸ ਵੇਸ ਤੇ ਰਿਫਿਊਜ਼ ਕੀਤੀ ਸੀ ਦੁਆਰਾ ਫਿਰ ਇਹੀ ਉਸੇ ਵੇਸ ਤੇ ਆਪਣੀ ਫਾਈਲ ਐਮਬੈਸੀ ਚ ਪਹੁੰਚ ਚੁੱਕੀ ਆ ਸਾਡੇ ਕੋਲ ਆ ਚੁੱਕੀ ਆ ਉਹਨੂੰ ਇਸ ਬੱਚੇ ਨੂੰ ਵੀਜ਼ਾ ਨਹੀਂ ਦਿੱਤਾ ਜਾਣਾ ਠੀਕ ਹੈ ਉਸ ਕਾਰਨ ਫੇਰ ਆਪਣ ਕੀ ਸਾਡੀ ਫੇਅਰ ਹੋਈ ਜਾ ਚੁੱਕੀ ਹੈ ਸਾਡੀ ਕਿਸਮਤ ਮਾੜੀ ਹੈ ਸਾਡੀ ਉਹ ਚੀਜ਼ ਆ ਠੀਕ ਹੈ ਕਿਸਮਤ ਨਹੀਂ ਮਾੜੀ ਹੁੰਦੀ ਸਟੂਡੈਂਟਸ ਨੂੰ ਇਹ ਚੀਜ਼ ਦੱਸਣਾ ਚਾਹਣਾ ਕਿਉਂਕਿ ਕਮੀ ਇਹ ਆਪਾਂ ਨੂੰ ਹਰੇਕ ਨੂੰ ਪਤਾ ਆਪਣੀ ਫਾਈਲ 'ਚ ਕੀ ਕਮੀ ਹੈਗੀ ਆ ਉਹ ਚੀਜ਼ ਨੂੰ ਕਵਰ ਅਪਰ ਕਰੋ ਉਸੀਂ ਇਹ ਕਰੇ ਟ੍ਰਾਈ ਕਰ ਚੁੱਕੇ ਹਾਂ ਕੋਈ ਦਿੱਕਤ ਨਹੀਂ ਆ ਤੁਹਾਡਾ ਵੀਜ਼ਾ ਤੁਹਾਨੂੰ ਨਹੀਂ ਮਿਲਿਆ ਉਸ ਚੀਜ਼ ਨੂੰ ਕਵਰ ਅਪ ਕਰੋ ਆਪਣੀ ਫਾਈਲ 'ਚ ਕਮੀ ਦੂਰ ਕਰੋ ਆਪਣੀ ਫਾਈਲ ਦੀ ਠੀਕ ਹੈ ਉਸ ਤੋਂ ਬਾਅਦ ਆਪਣੀ ਫਾਈਲ ਰੀਲੋਚ ਕਰੋ ਠੀਕ ਹੈ ਹੁਣ 100% ਸ਼ੋਰ ਹੈ ਜਿਹੜਾ ਹੈਗਾ ਤੁਹਾਡਾ ਤੁਹਾਨੂੰ ਵੀਜ਼ਾ ਮਿਲੂਗਾ ਇਹ ਮੇਰੀ ਗਾਰੰਟੀ ਹੈਗੀ ਆ ਠੀਕ ਹੈ ਕਈ ਏਜੰਟ ਕਹਿੰਦੇ ਤੁਹਾਡੇ ਪਰਸੈਂਟੇਜ ਘਟਾ ਆਜੋ ਪਰਸੈਂਟੇਜ ਘਟਤੇ ਆਜੋ ਬੈਂਕ ਸਕੋਰ ਘਟਤੇ ਆਜੋ ਤੁਸੀਂ ਉਹਨਾਂ ਦੇ ਗੱਲਾਂ 'ਚ ਆ ਕੇ ਆਪਣੀ ਫਾਈਲ ਲਗਾ ਦਿੰਨੇ ਆ ਠੀਕ ਹੈ ਕਿਦਾਂ ਨਹੀਂ ਕਿਤੇ ਉੱਥੇ ਤੁਹਾਡੀ ਵੀ ਗਲਤੀ ਹੋ ਜਾਂਦੀ ਆ ਆਪਾਂ ਕਿੰਗੀ ਆਪਾਂ ਜਿਹੜੀ ਹੈਗੀ ਆ ਰਿਕੁਆਇਰਮੈਂਟਸ ਪੂਰੀ ਨਹੀਂ ਕਰ ਰਹੀ ਇਮੀਗ੍ਰੇਸ਼ਨ ਦੀ ਕਿਉਂਕਿ ਹਰੇਕ ਕੋਲੇ ਤੁਹਾਡਾ ਇੰਟਰਨੈਟ ਚੱਲਦਾ ਘਰਾਂ 'ਚ ਇੰਟਰਨੈਟ ਚੱਲਦਾ ਤੁਹਾਡੇ ਮੋਬਾਈਲ 'ਚ ਇੰਟਰਨੈਟ ਚੱਲਦਾ ਤੁਸੀਂ ਕੋਈ ਵੀ ਕਾਲਜ ਚੂਜ਼ ਕਰਦੇ ਕੋਈ ਵੀ ਕੋਰਸ ਚੂਜ਼ ਕਰਦੇ ਹੋ ਉਸ ਬਾਰੇ ਇੱਕ ਵਾਰ ਸਰਚ ਜ਼ਰੂਰ ਕਰੋ ਉਸ ਕਾਲਜ ਨੇ ਕੀ ਰਿਕੁਆਇਰਮੈਂਟਸ ਨੇ ਆਪਾਂ ਕੀ ਹੋਰ ਕੈਮਰਸ ਪੂਰੀਆਂ ਕਰ ਰਹੇ ਆ ਕਿੰਨੇ ਪਰਸੈਂਟੇਜ ਮੰਗ ਰਹੇ ਨੇ ਮੈਥ ਚੋਂ ਕਿੰਨੇ ਨੰਬਰ ਮੰਗ ਰਹੇ ਆ ਇੰਗਲਿਸ਼ ਚੋਂ ਕਿੰਨੇ ਨੰਬਰ ਮੰਗ ਰਹੇ ਨੇ ਬੈਂਡ ਸਕੋਰ ਕਿੰਨੇ ਨੇ ਠੀਕ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਸੜੀ ਵੀ ਅਪਲਾਈ ਕਰਕੇ ਚਲੋ ਜੇ ਤੁਸੀਂ ਹੋਰ ਕੈਲਮਰ ਸਾਜ ਚੱਕ ਨਹੀਂ ਕਰਦੇ ਹਵਾ 'ਚ ਤੀਰ ਮਾਰ ਕੇ ਚਲਦੇ ਹੋ ਤਾਂ ਤੁਹਾਨੂੰ ਰਿਫਿਊਲ ਦਾ ਸੰਭਾਲਾ ਕਰਨਾ ਪੈ ਸਕਦਾ ਇਹ ਚੀਜ਼ ਤੋਂ ਬਚ ਕੇ ਚਲੋ ਠੀਕ ਹੈ ਕਿਉਂਕਿ ਸਾਰਾ ਕੰਮ ਆਪਦਾ ਏਜੰਟ ਤੇ ਨਾ ਸਟੋ ਵੀ ਸਾਰਾ ਕੰਮ ਆਪਣਾ ਏਜੰਟ ਹੀ ਕਰੂਗਾ ਕੋਰਸ ਵੀ ਚੂਜ਼ ਕਰੂਗਾ ਪ੍ਰਿੰਸ ਵੀ ਚੂਜ਼ ਕਰੂਗਾ ਕਾਲਜ ਵੀ ਚੂਜ਼ ਕਰੂਗਾ ਠੀਕ ਹੈ ਤੇ ਤੁਸੀਂ ਬਸ ਆੱਕੀ ਡਾਕੂਮੈਂਟ ਫੜਾ ਤੇ ਉਦੋਂ ਬਾਅਦ ਵੀਜ਼ਾ ਲੈਣ ਹੀ ਗਏ ਉਹ ਤੋਂ ਠੀਕ ਹੈ ਆਪਾਂ ਵੀਜ਼ਾ ਲੈਣੇ ਜਾਵਾਂਗੇ ਏਜੰਟ ਕੋਲ ਇਹ ਚੀਜ਼ ਨਹੀਂ ਹੁੰਦੀ ਕোর্স ਕਾਲੇ ਪ੍ਰੋਵਿੰਸ ਚੂਜ਼ ਕਰਨਾ ਤੁਹਾਡੇ ਹੱਥ ਵਿੱਚ ਹੈ ਠੀਕ ਹੈ ਬੱਚੋ ਇਹ ਚੀਜ਼ ਨਾ ਦਿਖਾਸ ਤੇ ਰੱਖਿਆ ਕਰੋ ਜੇ ਤੁਸੀਂ ਫਾਈਲ ਲਗਾਉਣੀ ਆ কোর্স ਬਾਰੇ ਕਾਲੇ ਬਾਰੇ ਪ੍ਰੋਵਿੰਸ ਬਾਰੇ ਹਰੇਕ ਪਹਿਲਾਂ ਸਰਚ ਕਰੋ ਉਸ ਤੋਂ ਬਾਅਦ ਆਪਣੀ ਫਾਈਲ ਆਪਣੀ ਅੰਬੈਸੀ ਫਾਈਲ ਜਮਾਉਣੀ ਚਾਹੀਦੀ ਹੈ ਫਿਰ ਆਪਣਾ ਸਟੱਡੀ ਵੀ ਅਪਲਾਈ ਕਰਕੇ ਚੱਲੋ ਫਿਰ ਤੁਹਾਡੇ ਵੀਜ਼ੇ ਜਿਹੜੇ ਚਾਂਸਸ ਹੈਗੇ ਹਾਈ ਆ ਕੋਈ ਵੀ ਕੋਲ ਸਟੂਡੈਂਟਸ ਵਾਸਤੇ ਵਧੀਆ ਖਬਰ ਹੈਗੀ ਆ ਕਿਉਂਕਿ ਫਿਰ ਕਾਫੀ ਲੰਬੇ ਸਮੇਂ ਤੋਂ ਸਟੂਡੈਂਟ ਰਾਸ਼ਟਰ ਦੇ ਵਿੱਚ ਸੀਗੇ ਕਿਉਂਕਿ ਮੌਂਟਰੀਅਲ ਦੇ ਵੀਜ਼ੇ ਨਹੀਂ ਆ ਰਹੇ ਸੀਗੇ ਬਟ ਹੁਣ ਵਧੀਆ ਨਿਊਜ਼ ਆ ਚੁੱਕੀ ਆ ਮੋਨਟੇਸਟ ਦੇ ਵੀ ਜਿ ਹੁਣ ਸਟਾਰਟ ਹੋ ਚੁੱਕਿਆ ਕਯੂਬਿਕ ਤੇ ਵੀ ਜਿ ਹੁਣ ਸਟਾਰਟ ਹੋ ਚੁੱਕਿਆ ਆ ਲਾਸਟ ਨਾਈਟ ਵੀੜੇ ਹੈਗੇ ਆ ਕਾਫੀ ਸਾਰੇ ਸਟੂਡੈਂਟਸ ਨੂੰ ਪੀਪੀਆਰ ਮਿਲੀਆਂ ਨੇ ਸਟੂਡੈਂਟਸ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਚੁੱਕੀ ਆ ਖੁਸ਼ੀ ਪਾਈ ਜਾ ਰਹੀ ਆ ਕਿਉਂਕਿ ਪਿਛਲੇ ਤਿੰਨ ਜਾਂ ਚਾਰ ਚਾਰ ਵਾਰ ਲੋਗਾਂ ਟਾਈਕ ਅਸੀਂ ਕਿ ਸਟੂਡੈਂਟ ਰੈਫਰ ਕਰ ਚੁੱਕਿਆ ਕਈ ਸਟੂਡੈਂਟ ਆਨਲਾਈਨ ਕਲਾਸਿਸ ਜੁਆਇਨ ਕਰ ਰਹੇ ਸੀਗੇ ਕਲਾਸੇ ਲਗਾ ਰਹੇ ਸੀਗੇ ਉਹਨਾਂ ਨੂੰ ਵੀ ਇਹ ਪ੍ਰਾਪਤ ਹੋਇਆ ਪੀਪੀਆਰ ਰੀਸੀਵ ਹੋਈਆਂ ਨੇ ਠੀਕ ਹੈ ਕਿਉਂਕਿ ਕਯੂਬਿਕ ਵਾਲੇ ਸਟੂਡੈਂਟ ਵਿੱਚ ਇਹ ਪਿਛਲੇ ਕਾਫੀ ਕੁਝ ਕਾਫੀ ਸਾਰੇ ਸਟੂਡੈਂਟ ਜਿਹਾ ਸੀ ਕਿ ਆਪਣੀ ਆਨਲਾਈਨ ਕਲਾਸਿਸ ਜੁਆਇਨ ਕੀਤੀਆਂ ਨੇ ਆਨਲਾਈਨ ਕਲਾਸਿਸ ਜੁਆਇਨ ਕਰਨ ਤੋਂ ਬਾਅਦ ਵੀ ਰਫੀਲ ਆਈ ਆ ਠੀਕ ਹੈ ਸਟੂਡੈਂਟਸ ਵਾਸਤੇ ਥੋੜਾ ਹੈਗਾ ਨਿਰਾਸ਼ਾ ਦਾ ਭਰਿਆ ਸਾਮਾ ਸੀਗਾ ਪਿਛਲਾ ਠੀਕ ਹੈ ਕਿਉਂਕਿ ਪਿਛਲੇ ਮੈਕਅਪ ਹੋਰ ਫਾਈਲ ਦੇ ਕਿਸੇ ਕਿਸੇ ਸਟੂਡੈਂਟ ਨੇ ਆਪਣੀ ਫਾਈਲ ਲੌਂਚ ਕੀਤੀ ਸੀ ਕਿਉਂਕਿ ਉਸ ਵਾਸਤੇ ਬੱਚੇ ਦਾ ਸਾਰਾ ਡਾਕੂਮੈਂਟਸ डन ਹੋ ਚੁੱਕੇ ਸੀ ਕਿ ਉਹ ਪੀਪੀਆਰ ਵੀ ਆ ਚੁੱਕੇ ਸੀ ओरिजिनल ਪਾਸਪੋਰਟ ਰਿਕਵੈਸਟ ਆ ਚੁੱਕੀ ਸੀਗੀ ਉਸ ਤੋਂ ਬਾਅਦ ਉਹ ਫਾਈਨੈਂਸ਼ੀਅਲ ਦੀ ਰਿਕਵੈਸਟ ਅਫੀਸਰ ਵੱਲ ਕੀਤੀ ਗਈ ਉਹਨੇ ਫਾਈਨੈਂਸ਼ੀਅਲ ਅਪਲੋਡ ਕੀਤੇ ਠੀਕ ਹੈ ਉਸ ਤੋਂ ਬਾਅਦ ਉਹਨੇ ਜਿਹੜੀ ਹੈਗੀ ਰਿਜੈਕਟ ਕਰ ਦਿੱਤੀ ਗਈ ਠੀਕ ਹੈ ਇਸ ਤੋਂ ਸਟੂਡੈਂਟ ਬਹੁਤ ਜ਼ਿਆਦਾ ਨਰਾਸ਼ ਦੇ ਵਿੱਚ ਸੀਗਾ ਕਿਉਂਕਿ ਵੀਜ਼ਾ ਆਉਣ ਤੋਂ ਬਾਅਦ ਵੀਜ਼ਾ ਰਿਫਿਊਜ਼ ਹੋ ਜਾਣਾ ਇਹ ਸਮਾਂ ਜਿਹੜਾ ਬੱਚੇ ਵਾਸਤੇ ਬਹੁਤ ਮ ਠੀਕ ਹੈ ਬੱਚੇ ਦੇ ਪੇਨਸ ਵਾਸਤੇ ਬੱਚੇ ਵਾਸਤੇ ਸਮਾਂ ਬਹੁਤ ਖਤਰਨਾਕ ਹੁੰਦਾ ਕਿਉਂਕਿ ਇੱਕ ਬੱਚੇ ਨੂੰ ਪਹਿਲਾਂ ਵੀਜ਼ਾ ਮਿਲ ਜਾਣਾ ਔਰ origignal ਪਾਸਪੋਰਟ ਰਿਕਵੈਸਟ ਮਿਲ ਜਾਣੀ ਠੀਕ ਹੈ ਉਸ ਤੋਂ ਬਾਅਦ ਬੱਚੇ ਦਾ ਫੇਰ ਵੀਜ਼ਾ ਰਿਫਿਊਜ਼ ਹੋਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਠੀਕ ਹੈ ਜੀ ਤਾਂ ਬੱਚੇ ਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਫਾਈਨੈਂਸ਼ੀਅਲ ਡਾਕੂਮੈਂਟਸ ਜਿਹੜੇ ਤੁਸੀਂ ਹੈਗੇ ਇਮੀਗ੍ਰੇਸ਼ਨ ਨੂੰ ਹੋ ਸਕਦਾ ਨਾ ਸਹੀ ਭੇਜੀ ਹੋਣ ਜਿੱਦਾਂ ਤੁਸੀਂ ਫਾਈਨੈਂਸ਼ੀਅਲ ਇਮੀਗ੍ਰੇਸ਼ਨ ਨੂੰ ਦੱਸੇ ਕਿ ਸਾਡੇ ਕੋਲ ਫੰਡਸ ਅਵੇਲੇਬਲ ਹੈਗੇ ਆ ਤੁਸੀਂ ਉਸ ਤੋਂ ਘੱਟ ਭੇਜੀ ਹੋਣੀ ਆ ਜਾਂ ਇਨਕਮ ਘੱਟ ਭੇਜੀ ਹੋਣੀ ਜੋ ਜੁਨੀ ਆਪਾਂ ਇਨਕਮ ਪਹਿਲਾਂ ਸ਼ੂਕ ਕੀਤੀ ਹੈ ਕਿੰਨੇ ਫੰਡ ਸ਼ੂਕ ਕੀਤੇ ਆ ਉਸ ਹਿਸਾਬ ਨਾਲ ਹੀ ਆਪਾਂ ਇਮੀਗ੍ਰੇਸ਼ਨ ਪ੍ਰੂਫ ਦੇਣਾ ਹੁੰਦਾ ਠੀਕ ਹੈ ਹੋ ਸਕਦਾ ਕੋਈ ਨਾ ਕੋਈ ਫਾਈਲ 'ਚ ਕਮੀ ਹੋਵੇ ਤਾਂ ਹੀ ਬੱਚੇ ਦਾ ਵੀਜ਼ਾ ਰਿਫਿਊ ਹੋ ਜਾਊਗਾ ਕਿਉਂਕਿ ਫਾਈਲ ਦੇ ਵਿੱਚ ਨਹੀਂ ਕਮੀ ਕਹਿ ਸਕਦੇ ਕਿਉਂਕਿ ਇਹ ਫਾਈਲ 'ਚ ਕਮੀ ਹੁੰਦੀ ਪਹਿਲਾਂ ਹੀ ਉਹਨੇ ਪਾਸਪੋਰਟ ਰਿਕਵੈਸਟ ਲਈ ਆਈ ਹੋਣੀ ਸੀਗੀ ਬੱਚੇ ਦੀ ਠੀਕ ਹੈ ਪਾਸਪੋਰਟ ਰਿਕਵੈਸਟ ਆਉਣ ਤੋਂ ਬਾਅਦ ਹੀ ਬੱਚੇ ਦਾ ਵੀਜ਼ਾ ਰਿਫਿਊ ਹੋਣਾ ਬਹੁਤ ਵੱਡੀ ਗੱਲ ਹੈਗੀ ਆ ਠੀਕ ਹੈ ਇਹ ਬੱਚੇ ਨੂੰ ਆਪਾਂ ਬਹੁਤ ਸਮਾੜਾ ਸਮਾ ਕਹਿ ਸਕਦੇ ਆ ਬੱਚੇ ਵਾਸਤੇ ਠੀਕ ਹੈ ਤੁਹਾਨੂੰ ਨਿਰਾਸ਼ ਹੋਣ ਦੀ ਜੂਰ ਠੀਕ ਹੈ ਫਸਟ ਉੱਦੋ ਇੱਕ ਧਿਆਨ ਜੂਰ ਦਿਆ ਕਰੋ ਫਾਈਲ ਦੇ ਵਿੱਚ ਫਾਈਲ ਲਗਉਣ ਲੱਗੇ ਕੋਰਸ ਬਾਰੇ ਪ੍ਰਿੰਸੀਪਲ ਬਾਰੇ ਕਾਲਜ ਬਾਰੇ ਇਹ ਜੀ ਦੇ ਖਾਸ ਧਿਆਨ ਦਿਆ ਕਰੋ ਬਾਕੀ ਕਯੂਬਿਕ ਵਾਲੇ ਸਟੂਡੈਂਟਸ ਵਾਸਤੇ ਬਹੁਤ ਵਧੀਆ ਹੈ ਗਿਆ ਮੇਰੇ ਵੱਲੋਂ ਕੰਗ੍ਰੈਚੁਲੇਸ਼ਨ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਦੇ ਪੀਪੀਆਰ ਉਹ ਲਾਸਟ ਲਾਈਨ ਪ੍ਰਾਪਤ ਹੋਈਆਂ ਨੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਬੱਚਿਆਂ ਨੂੰ ਹੈਗੇ ਪੀਪੀਆਰ ਦਾ ਦੇਖਣੀਆਂ ਬੀਪੀਆਰ ਜ਼ੋਣੀਆਂ ਠੀਕ ਹੈ ਹ ਵਨ ਵੀਕ ਟੂ ਵਿੱਚ ਸਾਰੇ ਬੱਚੇ ਦੇ ਵੀ ਡਿਕਲੇਅਰ ਕਰ ਦੇਣੇ ਇਮੀਗ੍ਰੇਸ਼ਨ ਵੱਲੋਂ ਠੀਕ ਹੈ ਜਿਹੜੇ ਜੁਲਾਈ ਵਾਲੇ ਸਟੂਡੈਂਟ ਨੇ ਜੁਲਾਈ ਚ ਆਪਣੀਆਂ ਫੈਜ ਲਾਂਚ ਕੀਤੇ ਸੀ ਉਹਨਾਂ ਸਾਰੇ ਸਟੂਡੈਂਟਸ ਨੂੰ ਆਪਣੀਆਂ ਡਿਸੀਜਨ ਮਿਲ ਚੁੱਕੇ ਆ ਔਰ ਆਉਣ ਵਾਲੇ ਦਿਨਾਂ ਚ ਅਗਸਤ ਵਾਲੇ ਵੀ ਜਲਣ ਸਟਾਰਟ ਹੋਣਗੇ ਠੀਕ ਹੈ ਬੱਚਿਆਂ ਨੂੰ ਮੈਂ ਉਮੀਦ ਕਰਦਾ ਸਾਰੇ ਬੱਚਿਆਂ ਦੇ ਵੀ ਵੀਡੀਓ ਅਪਰੂਵ ਹੋਣ ਵਾਹਿਗੁਰੂ ਜੀ ਸਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੋਸਤੋ ਜੇ ਕਿਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਆਫਿਸ ਵਿਸਟ ਕਰ ਸਕਦੇ ਹੋ